जी मुहिम साड़ी पंजाब सरकार वालों जी चलाई जा रही है जिन्या भी साड़िया जगह है पंचायत दिया मालकिया है उन्होंने जो साडे कब्जे दूर करवाने की खातर बहुत बड़ी जी मुहिम चल रही है। तो वो बड़ी खुशी की गल यह है कि जो साडे पंजाब के वासी ने यह साडे गुरुआं पीरां शहीदां की धरती है लोग साडे बड़े दिल दरिया ने जिन्हें भी अज तक सानू किसी भी पिंड दे विच पंजाब लैवल दी भी जे मैं गल कर लां कि समस्या नहीं आई लोगों ने अपने आप जिहड़े साडे रकबे हैगे ने साड़ दित्ते ने अज उहदी लड़ी दे तहत ही जिहड़ा साडा ब्लाक मलोट जिला श्री मुक्तसर साहब के नाल जिहड़ा साडा पिंड फूलेवाल हैगा गा इह साडा जिहड़ी इत्थे 23 कनाला जिहड़ा ते 17 मरले जिहड़ी साडी जगह सीगी इह वख-वख कोर्टां दे विचों केस हुंदा होया जिहड़ा हैगा पंचायत दे हक दे विच होया गा अज जिहड़ा असीं उहदा अपने आप मैं ये नहीं कहता भी असं अज इसका कब्जा लैन आए हैं सानू परिवार जिहड़ा हैगा सानू अपने आप ही जिहड़ा साडी पंचायत नूं साडे डिपार्टमेंट दे सपुरद कर रहा हैगा इहदे लिए जिहड़ा परिवार हैगा साडा बहुत बधाई दा पात्र हैगा गा इहनां नूं असीं अपने वल्लों अपनी नगर दी पंचायत वल्लों सब तो पहला असीं इहनां नूं माण सत्कार दित्ता गया इहनां दा सन्मान किया गया गा ते इह लई जिहड़ा बहुत वड्डा बधाई दे पात्र ने इहदे नाल ही इत्थे साडे नगर दे ने साडे वीर मेरे नाल ही खड़े ने ਗਿਆਨੀ ਜੀ ਹੋਏ ਕਹਾਂ ਜੀ ਗੁਰਦਾਸ ਸਿੰਘ ਸਰਦਾਰ ਗੁਰਦਾਸ ਸਿੰਘ ਜੀ ਤੇ ਪੰਚਾਇਤ ਦਾ ਬਹੁਤ ਵੱਡਾ ਰੋਲ ਆ ਕਿ ਜਿਨ੍ਹਾਂ ਨੇ ਪਿੰਡ ਦੇ ਵਿੱਚ ਭਾਈਚਾਰੇ ਨੂੰ ਕਾਇਮ ਰੱਖਣ ਦੀ ਖਾਤਰ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਖਾਤਰ ਲੋਕਾਂ ਨੂੰ ਦੱਸਿਆ ਗਿਆ ਕਿ ਜੋ ਵੀ ਸਰਕਾਰ ਦੀ ਹੈਗੀ ਹੈ ਤੇ ਆਪਾਂ ਨੂੰ ਇਹ ਛੱਡਣੀ ਪੈਣੀ ਆ ਤੇ ਇਹ ਜਿਹੜੀ ਬਹੁਤ ਵੱਡੀ ਇਹਨਾਂ ਨੇ ਇੱਕ ਟੀਮ ਨੇ ਕੰਮ ਕੀਤਾ ਸਾਡੀ ਵੀ ਜਿਹੜੇ ਨਾਲ ਮੇਰੇ ਸਵਰਨ ਸਿੰਘ ਸਾਡੇ ਪੰਚਾਇਤ ਸੈਕਟਰੀ ਜਿੰਨਾ ਵੀ ਸਾਡੇ ਡਿਪਾਰਟਮੈਂਟ ਦਾ ਰੋਲ ਸੀਗਾ ਅਸੀਂ ਆਪਣਾ ਰੋਲ ਪਲੇ ਕਰਕੇ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਪਰਿਵਾਰ ਦੇ ਤੌਰ ਤੇ ਕੋਈ ਇੱਥੇ ਇਹੋ ਜਿਹੀ ਹੁੱਲੜਬਾਜ਼ੀ ਵਾਲੀ ਗੱਲ ਨਹੀਂ ਹੈਗੀ ਕੋਈ ਰੌਲੇ ਵਾਲੀ ਗੱਲ ਨਹੀਂ ਹੈਗੀ ਗੀ ਇਹ ਜਿਹੜੀ ਜਗ੍ਹਾ ਹੈਗੀ ਆ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਸਾਡੀ ਸਹਿਮਤੀ ਦੇ ਨਾਲ ਸਾਡੀ ਜਿਹੜੀ ਹੈਗੀ ਆ ਅੱਜ ਪੰਚਾਇਤ ਨੂੰ ਦੇ ਦਿੱਤੀ ਗਈ ਹੈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਕਿੰਨਾ ਰਕਬਾ ਹੋਣਾ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਤੇ ਹੁਣ ਤੱਕ ਉਹ ਭਾਗ ਨੇ ਕਿੰਨੇ ਕਬਜ਼ੇ ਛੜਾ ਚੁੱਕੇ ਜਿਹੜੇ ਸਾਡੇ ਲਗਭਗ ਜਿਹੜੇ ਹੈਗੇ ਆ ਮੇਰੇ ਕੋਲੇ ਜਿਹੜੀ ਐਜ ਕਲੈਕਟਰ ਡੀਡੀਪੀਓ ਦੀ ਕੋਰਟ ਦੇ ਵਿੱਚ ਸਾਡੇ ਫੈਸਲੇ ਹੋ ਚੁੱਕੇ ਹੈਗੇ ਆ 90 ਜਿਹੜੇ ਸਾਡੇ ਹੈਗੇ ਦਖਲ ਵਾਰੰਟ ਜਾਰੀ ਹੋ ਚੁੱਕੇ ਨੇ 113 ਏਕੜ ਦਾ ਜਿਹੜਾ ਸਾਡਾ ਟੋਟਲ ਰਕਬਾ ਹੈਗਾ ਗਾ ਜਿਹਦੇ ਵਿੱਚ ਅਸੀਂ ਪਿਛਲੇ ਹਫ਼ਤੇ ਜਿਹੜਾ ਸਾਡਾ ਚੱਕ ਸਾਡਾ ਸਾਪੇ ਵਾਲੀ ਜਿਹੜਾ ਹੈਗਾ 9.5 ਏਕੜ ਦਾ ਕਬਜ਼ਾ ਲਿਆ ਹੈਗਾ ਗਾ ਆ ਜਿਹੜਾ ਅਸੀਂ ਇੱਥੋਂ ਵਾਲਾ ਹੈਗਾ ਗਾ ਅਤੇ ਇਸ ਤੋਂ ਜਿਹੜਾ ਸਾਡਾ ਅਗਲਾ ਹੈਗਾ ਸਾਡੇ ਕੋਲ ਚੱਕ ਮੋਤਲੇ ਵਾਲਾ ਪਿੰਡ ਹੈਗਾ ਗਾ ਬਲੌਕ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈਗਾ ਤਕਰੀਬਨ ਜਿਹੜੇ 50 ਏਕੜ ਦਾ ਹੈਗਾ ਗਾ ਅਸੀਂ ਉਹਦਾ ਵੀ ਕਬਜ਼ਾ ਜਿਹੜਾ ਜਲਦੀ ਲੈਣ ਜਾ ਰਹੇ ਹਾਂ ਇਹੀ ਬਲਾਕ ਦੇ ਸਾਡਾ ਤਰਖਾਣ ਵਾਲਾ ਪਿੰਡ ਹੈਗਾ ਗਾ ਜਿੱਥੇ 35 ਏਕੜ ਹੈਗੇ ਆ ਉਹ ਸਾਡਾ ਹਾਈ ਕੋਰਟ ਦੇ ਵਿੱਚ ਸਟੇਅ ਹੈਗਾ ਗਾ ਉਹ ਵੀ ਜਿਹੜਾ ਜਲਦੀ ਸਟੇਅ ਤਰਾ ਕੇ ਜਿਹੜਾ ਹੈਗਾ ਉਹ ਵੀ ਅਸੀਂ ਪੰਚਾਇਤ ਦੇ ਹਵਾਲੇ ਕਰਾਂਗੇ ਇਹਦੇ ਨਾਲ ਜਿਹੜੀ ਪੰਚਾਇਤ ਦੀ ਇਨਕਮ ਦੇ ਵਿੱਚ ਵਾਧਾ ਹੋਇਆ ਅਤੇ ਜਿਹੜੀ ਇਹ ਇਨਕਮ ਹੈਗੀ ਹੈ ਪਿੰਡ ਦੇ ਵਿਕਾਸ ਦੇ ਕੰਮਾਂ ਲਈ ਹੀ ਅਤੇ ਸਾਂਝੇ ਕੰਮਾਂ ਦੇ ਲਈ ਜਿਹੜੇ ਪੈਸਾ ਸਾਰਾ ਲੱਗੂਗਾ ਅਤੇ ਇਹ ਜਿਹੜਾ ਸਾਰਾ ਅੱਜ ਪਿੰਡ ਅਤੇ ਜਿਹੜੇ ਮੇਰੇ ਭਰਾ ਖੜੇ ਨੇ ਮੈਂ ਫਿਰ ਵੀ ਇਹਨਾਂ ਨੂੰ ਆਪਣੇ ਡਿਪਾਰਟਮੈਂਟ ਵੱਲੋਂ ਸਾਡੇ ਸਤਿਕਾਰਯੋਗ ਮੰਤਰੀ ਜੀ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਮੰਤਰੀ ਪਿੰਡ ਵਿਕਾਸ ਅਤੇ ਪੰਚਾਇਤ ਭਾਗ ਜੀ ਵੱਲੋਂ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਗਾ ਸਾਡੇ ਡਾਇਰੈਕਟਰ ਸਾਹਿਬ ਮਾਨਯੋਗ ਡੀ ਸਾਹਿਬ ਸੈਕਟਰੀ ਸਾਹਿਬ ਸਾਰੇ ਡਿਪਾਰਟਮੈਂਟ ਵੱਲੋਂ ਮੈਂ ਆਪਣੇ ਵੱਲੋਂ ਸਾਰੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇੱਕ ਪੰਚਾਇਤ ਨੂੰ ਅਤੇ ਸਾਡੇ ਡਿਪਾਰਟਮੈਂਟ ਦੇ ਮੋਢੇ ਦਾ ਮੋਢਾ ਲਾ ਕੇ ਜਿਹੜਾ ਹੈਗਾ ਇੱਕ ਆਉਣ ਵਾਲੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਹੈਗਾ ਗਾ ਕਿ ਜਿੰਨਾ ਚਿਰ ਆਪਾਂ ਜਗ੍ਹਾ ਆਪਣੇ ਕੋਲ ਸੀ ਆਪਾਂ ਬਾਹਲੀ ਹੈਗੀ ਆ ਆਹ ਸਾਡਾ ਇਹਦੇ ਉੱਪਰ ਕੋਈ ਹੱਕ ਨਹੀਂ ਰਿਹਾ ਹੈਗਾ ਅਤੇ ਸਾਨੂੰ ਪੰਚਾਇਤ ਅਤੇ ਮਹਿਕਮੇ ਦੇ ਹਵਾਲੇ ਕਰ ਦੇਣੀ ਚਾਹੀਦੀ ਕਿੰਨੇ ਸਮੇਂ ਤੋਂ ਬਾਹਰ ਰਹੀ ਸੀ ਸਾਰੇ ਇਹ ਤਕਰੀਬਨ ਬਾਪੂ ਜੀ ਕਾਫੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਡੇ ਕੋਲ ਜਿਹੜਾ ਕਬਜ਼ਾ ਸੀ ਇਹ 15-20 ਸਾਲ ਤੋਂ ਨਹੀਂ 15-20 ਸਾਲ ਪਹਿਲਾਂ ਤੋਂ ਬਜ਼ੁਰਗਾਂ ਤੋਂ ਲੈ ਕੇ ਜਿਹੜੀ ਇਹਨਾਂ ਦੇ ਕੋਲੇ ਸੀਗੇ ਇਹਨਾਂ ਦੀ ਜਿਹੜੀ ਹੈਗੀ ਵਾਹੀ ਹੈਗੀ ਕਿੰਨੇ ਘਰਾਂ ਕੋਲ ਸੀਗਾ ਜੀ ਇਹ ਤਿੰਨ ਚਾਰ ਪਰਿਵਾਰ ਸੀ ਚਾਰ ਪਰਿਵਾਰਾਂ ਦੇ ਕੋਲੇ ਸੀਗਾ ਜੀ